ਜਿੱਥੇ ਕਿ ਘੱਗਰ ਨਦੀ ਦਾ ਕਹਿਰ ਆ ਜਿਹੜਾ ਉਹ ਬਹੁਤ ਜ਼ੋਰਾਂ ਸ਼ੋਰਾਂ ਤੇ ਆ। ਲਗਭਗ 2 ਪਿੰਡਾਂ ਦਾ ਕਨੈਕਸ਼ਨ ਆ ਜਿਹੜਾ ਘੱਗਰ ਨਦੀ ਨੇ ਤੋੜ ਦਿੱਤਾ ਤੇ ਆ ਜਿਹੜੇ ਬੰਨ ਆ ਉਹ ਸਾਰੇ ਖਲਾਰ ਦੇ ਜਾਂਦੀ ਆ। 400-500 ਏਕੜ ਦਾ ਨੁਕਸਾਨ ਆ ਜਿਹੜਾ ਫਸਲਾਂ ਦਾ ਵੀ ਹੋ ਚੁੱਕਿਆ ਇਸ ਪਿੰਡ ਦਾ। ਇੱਕ ਨਾ ਜੀ ਆਪਣੇ ਸੋਸ਼ਲ ਮੀਡੀਆ ਤੇ ਖਬਰ ਉੱਡੀ ਪਈ ਆ ਜੀ ਹਰਿਆਣਾ ਸਾਡੇ ਨਾਲ ਨਹੀਂ ਖੜਾ, ਪੰਜਾਬ ਵਾਲੇ ਖਾਸ ਕਰਕੇ ਜਿਹੜੇ ਬਲੌਗਰ ਨੇ ਉਹ ਕਹਿੰਦੇ ਵੀ ਹਰਿਆਣਾ ਸਾਡੇ ਨਾਲ ਨਹੀਂ ਖੜਾ, ਪਰ ਮੈਂ ਉਹਨਾਂ ਨੂੰ ਦਿਖਾਉਣਾ ਚਾਹੁੰਦਾ ਵੀ ਇਹ ਹਰਿਆਣੇ ਦੇ ਹੀ ਪਿੰਡ ਨੇ ਜਿਹੜੇ ਜੂਝ ਰਹੇ ਨੇ ਹਨਾ ਪਾਣੀ ਦੇ ਨਾਲ, ਤੇ ਇਹ ਹਰਿਆਣਾ ਮਦਦ ਕਿੱਥੋਂ ਕਰਦੇ? ਹਰਿਆਣਾ ਤਾਂ ਖੁਦ ਆ ਜਿਹੜਾ ਵਿਚਾਰਾ ਪਾਣੀ ਦੀ ਚਪੇਟ ਨੂੰ ਝੱਲ ਰਿਹਾ ਹਨਾ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਵੀ ਹਰਿਆਣਾ ਪੰਜਾਬ ਦੀ ਜਿਹੜੀ ਏਕਤਾ ਨੂੰ ਨਾ ਤੋੜਿਆ ਜਾਵੇ, ਹਰਿਆਣਾ ਵੀ ਉਸੇ ਪਾਣੀ ਦੇ ਨਾਲ ਜੂਝ ਰਿਹਾ, ਤੇ ਜਿਹੜੀ ਆਪਦੀ ਏਕਤਾ ਨੂੰ ਬਣਾ ਕੇ ਰੱਖੋ, ਪੋਲਿਟਿਕਸ ਤੇ ਬਲੌਗਰਾਂ ਦੇ ਪਿੱਛੇ ਨਾ ਲੱਗੋ, ਇੱਕ ਦੂਜੇ ਦਾ ਸਾਥ ਬਣਾਈ ਰੱਖੋ, ਤੇ ਜਿਹੜਾ ਇਹ ਦੁੱਖ ਦੀ ਘੜੀ ਆ ਇਸ ਦੁੱਖ ਦੀ ਘੜੀ ਦੇ ਵਿੱਚ ਇੱਕ ਦੂਜੇ ਦੇ ਨਾਲ ਖੜੋ। ਭਰਾਵਾਂ ਨਾਲ ਭਰਾਵਾਂ ਦੇ ਭਰਾ ਹੀ ਹੁੰਦੇ ਆ, ਭਰਾ ਕਦੇ ਵੱਖ ਨਹੀਂ ਹੁੰਦੇ ਜੀ। ਪਾਣੀ ਚਲੋ ਠੀਕ ਹੈ, ਕੁਦਰਤ ਦੀ ਮਾਰ ਹੈ, ਸਾਰੇ ਚਲੀ ਜਾਂਦੇ, ਪੰਜਾਬ ਚਲੀ ਜਾਂਦਾ ਨਾਲ ਨਾਲ, ਹਰਿਆਣਾ ਵੀ ਚਲੀ। ਪੰਜਾਬ ਵੀ ਸਾਡੀ ਸਾਰੀ ਰਿਸ਼ਤੇਦਾਰੀ ਆ ਸਾਡੇ ਭੈਣ ਭਾਈ ਦੇ, ਅਸੀਂ ਤਾਂ ਕਹਿੰਦੇ ਸਾਡੇ ਉੱਤੇ ਸਾਡੇ ਕੋਲ ਉੱਤੇ ਇਹ ਮੁਸੀਬਤ ਨਾ ਆਉਂਦੀ, ਉੱਥੇ ਭਾਵੇਂ ਸਾਨੂੰ ਰਾਤ ਦਿਨ ਰਹਿਣਾ ਪੈਂਦਾ, ਅਸੀਂ ਸਾਰੇ ਪੰਜਾਬ ਦੀ ਮਦਦ ਕਰ। ਜਦੋਂ ਕੋਈ ਸਪੀਕਰ ਦੀ ਆਵਾਜ਼ ਆਉਂਦੀ ਹੈ ਤਾਂ ਸਾਡੇ ਪਰਿਵਾਰ ਜਿਹੜੇ ਹੈ ਛੱਤ ਦੇ ਚੜ ਖੜੇ ਹੋ ਜਾਂਦੇ ਨੇ ਵੀ ਨਾਲੀ ਦਾ ਬੰਨ ਟੁੱਟ ਗਿਆ। ਮਤਲਬ ਤੁਸੀਂ ਕਈ ਰਾਤ ਤੋਂ ਸੁੱਤੇ ਵੀ ਨਹੀਂ ਹੈਗੇ ਕਹਿ ਸਕਦੇ ਆ? ਕਈ ਰਾਤ ਹੋ ਗਈ, ਕਈ ਵਾਰ ਤਾਂ ਨਹਾਉਂਦਾ ਵੀ ਨਹੀਂ ਸਾਨੂੰ ਮਤਲਬ ਮਿਲਦਾ ਸੁੱਧ ਮਿਲਦੀ, ਕਈ ਰਾਤਾਂ ਤਾਂ ਰਾਤ ਤਾਂ ਬੈਠੇ ਨੂੰ ਕਦੇ ਮੋਟਰਸਾਈਕਲ ਦੇ ਉੱਤੇ ਵੀ ਨੀਂਦ ਆ ਜਾਂਦੀ ਸੀ, ਇੰਨੀ ਇੰਨੀ ਬੁਰੀ ਹਾਲ ਸੀ। ਮੁਸੀਬਤ ਦੀ ਥੇ ਤੇ ਖੜੇ ਨੇ ਹਨਾ, ਪਾਣੀ ਦੇ ਉੱਤੇ ਖੜੇ ਨੇ, ਦਿਨ ਰਾਤ ਇੱਕ ਹੋਇਆ ਪਿਆ, ਸੌ ਨਹੀਂ ਰਹੇ, ਰਾਤਾਂ ਨੂੰ ਨਿਗਾਹ ਰੱਖ ਰਹੇ ਨੇ ਵੀ ਪਾਣੀ ਇੱਥੋਂ ਨਾ ਟੁੱਟ ਜਾਏ, ਇੱਥੋਂ ਨਾ ਟੁੱਟ ਜਾਏ, ਉਹਨਾਂ ਲਈ ਕੋਈ ਨਸੀਹਤ ਦੇਣਾ ਚਾਹੋਗੇ? ਬਸ ਉਹਨਾਂ ਨੂੰ ਇੱਕ ਦਿਲ ਦੀਆਂ ਗਹਿਰਾਈਆਂ ਤੋਂ ਇਹੀ ਕਹਿ ਸਕਦੇ ਹਾਂ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਦਿਨੇ ਰਾਤ ਲੱਗੇ ਹੋਏ ਹੈ ਅਤੇ ਸੰਘਰਸ਼ ਕਰਨ, ਅਤੇ ਆਪਾਂ ਮਿਲ ਕੇ ਚੱਲਣ, ਕੋਈ ਪਿੰਡ 'ਚ ਤਣਾਅਪੂਰਨ ਸਥਿਤੀ ਨਾ ਬਣਾਉਣ, ਆਪਸੇ ਤਾਲਮੇਲ ਬਣਾ ਕੇ ਚੱਲਣ, ਅਤੇ ਇਹ ਆਪਾਂ ਜੋ ਚੱਲ ਰਿਹਾ ਸਿਸਟਮ ਇਹਦੇ 'ਤੇ ਆਪਾਂ ਪੂਰੇ ਖਰੇ ਉਤਰੀਏ 100%। ਸਤਿ ਸ਼੍ਰੀ ਅਕਾਲ ਜੀ, ਅਸੀਂ ਪਿੰਡ ਪਹੁੰਚੇ ਹਾਂ ਪਿੰਡ ਮੱਲੇਵਾਲਾ। ਮੱਲੇਵਾਲਾ ਦੇ ਵਿੱਚ ਤੁਸੀਂ ਹਾਲਾਤ ਦੇਖ ਰਹੇ ਹੋਵੋਗੇ, ਜਿਹੜੀ ਘੱਗਰ ਨਦੀ ਆ ਬਹੁਤ ਵਿਸ਼ਾਲ ਨਦੀ ਦੇ ਰੂਪ ਦੇ ਵਿੱਚ ਬਰਸਾਤੀ ਪਾਣੀ ਨਾਲ ਭਰਿਆ ਪਿਆ। ਇਹ ਪਿੰਡ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦੇਵਾਂ, ਇਹ ਹਰਿਆਣੇ ਦਾ ਪਿੰਡ ਆ, ਅਤੇ ਹਰਿਆਣੇ ਦੇ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਆਉਣ ਲੱਗ ਪਿਆ ਅਤੇ ਜਿਹੜੇ ਪਿੰਡ ਦੇ ਲੋਕ ਆ ਬਹੁਤ ਪਰੇਸ਼ਾਨ ਨੇ, ਅਤੇ ਆਖਰ ਇੱਕ ਮੀਡੀਆ ਦੇ ਉੱਤੇ ਜਿਹੜੀ ਖਬਰ ਫੈਲੀ ਹੋਈ ਹੈ ਜੀ ਪੰਜਾਬ ਜਿਹੜਾ ਸਾਡਾ ਪੰਜਾਬ ਦੀ ਜਿਹੜੀ ਮਦਦ ਹਰਿਆਣਾ ਨਹੀਂ ਕਰ ਰਿਹਾ, ਪਰ ਹਰਿਆਣੇ ਦੇ ਮੈਂ ਪਿੰਡ ਦੇ ਵਿੱਚ ਖੜਾ, ਹਰਿਆਣਾ ਅੱਜ ਤੋਂ ਜ਼ਿਆਦਾ ਜਿਹੜਾ ਆਪਾਤਕਾਲੀਨ ਸਥਿਤੀ ਦੇ ਵਿੱਚ ਹੈਗਾ, ਬਹੁਤ ਦੁੱਖ ਦੀ ਸਥਿਤੀ ਦੇ ਵਿੱਚ ਹੈਗਾ। ਲੋਕ ਜਿਹੜੇ ਬੰਨਾਂ ਦੇ ਉੱਤੇ ਬੈਠੇ ਆ, ਰਾਤਾਂ ਨੂੰ ਸੌਂ ਕੇ ਨਹੀਂ ਵੇਖਿਆ, ਪਾਣੀ ਆ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ, ਵਿਚਾਰੇ ਦਿਨ ਰਾਤ ਟਰੈਕਟਰਾਂ ਦੀ ਮਦਦ ਦੇ ਨਾਲ ਜਾਂ ਮਿੱਟੀ ਦੀ ਮਦਦ ਦੇ ਨਾਲ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਪਾਣੀ ਆ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ। ਪਿੰਡ ਦੇ ਲੋਕਾਂ ਨਾਲ ਗੱਲ ਕਰਾਂਗੇ, ਇੱਥੋਂ ਦੇ ਪਿੰਡ ਦੇ ਸਰਪੰਚ ਨਾਲ ਗੱਲ ਕਰਾਂਗੇ, ਉਹਨਾਂ ਦੇ ਕੀ ਕਹਿਣਾ? ਆ ਜਾਓ। ਇਸ ਸਮੇਂ ਸਾਡੇ ਨਾਲ ਇਸ ਪਿੰਡ ਦੇ ਮੌਜੂਦਾ ਸਰਪੰਚ ਅਤੇ ਇੱਥੋਂ ਦੇ ਐਕਸ ਸਰਪੰਚ ਮੌਜੂਦ ਨੇ, ਅਸੀਂ ਉਹਨਾਂ ਤੋਂ ਜਾਣਾਂਗੇ ਇਸ ਪਿੰਡ ਦੇ ਹਾਲਾਤ ਅਤੇ ਜਿਹੜੇ ਪਾਣੀ ਦਾ ਵਾਧਾ ਵੀ ਇਹ ਕੀ ਕਹਿਰ ਗੁਜ਼ਾਰ ਰਿਹਾ। ਸਤਿ ਸ਼੍ਰੀ ਅਕਾਲ ਜੀ ਸਰ। ਸਤਿ ਸ਼੍ਰੀ ਅਕਾਲ ਜੀ। ਕੀ ਲੱਗਦਾ ਜੀ ਪਾਣੀ ਹੁਣ ਕਿੰਨਾ ਕੁ ਨੁਕਸਾਨ ਕਰ ਰਿਹਾ? ਪਾਣੀ ਨੁਕਸਾਨ ਹੀ ਨੁਕਸਾਨ ਕਰੀ ਜਾਂਦਾ ਜੀ, ਫਾਇਦਾ ਤਾਂ ਕੋਈ ਕਰਦਾ ਨਹੀਂ। ਅੱਛਾ ਜੀ, ਹੈ ਅਤੇ ਇੱਥੋਂ ਤੱਕ ਹੁਣ ਤੱਕ ਕਿੰਨਾ ਕੁ ਨੁਕਸਾਨ ਹੋ ਚੁੱਕਿਆ ਹੈਗਾ? ਨੁਕਸਾਨ ਦਾ ਤਾਂ ਕੋਈ ਅੰਦਾਜ਼ਾ ਨਹੀਂ। ਪਿੰਡ ਦੀ ਪਹਿਲਾਂ ਫਸਲ ਡੁੱਬ ਚੁੱਕੀ ਔਰ ਬਾਕੀ ਅੱਗੇ ਹੋਰ ਪਾਣੀ ਮਤਲਬ ਪੂਰੀ ਆਫਤ ਬਣ ਕੇ ਚੜਾਵ ਕਰ ਰਿਹਾ, ਜਿਹਦੇ ਨਾਲ ਗਾਂਵ ਦਾ ਡੁੱਬਣ ਦਾ ਹੈ, ਬਾਕੀ ਕਮ ਸੇ ਕਮ 20 ਪਿੰਡਾਂ ਦੇ ਉੱਤੇ ਮਤਲਬ ਵੀ ਨੇੜੇਲਾ ਸਾਰਨੀ ਖੈਰੇ ਕਾ ਇੱਧਰ ਰੰਗਾ ਮੱਤੜ ਤੱਕ ਜੀ, ਇਹ ਮਤਲਬ ਵੀ ਸਾਰਾ ਜੇ ਇੱਥੋਂ ਡੁੱਬਦਾ ਹੈ ਨਾ ਤਾਂ 1000 ਏਕੜ ਹੀ ਨੁਕਸਾਨ ਹੋ ਗਿਆ। ਗੱਟੇ ਚੜੇ ਹੈ ਉਹ ਦੇ ਰਹੇ ਲਾ ਰਹੇ ਉੱਥੇ ਅਸੀਂ ਭਰ ਕੇ ਆਪ। ਸਾਡੇ ਮਨਰੇਗਾ ਵੀ ਚੱਲ ਰਹੀ ਹੈ, ਟਰਾਲੀਆਂ ਵੀ ਚੱਲ ਰਹੀਆਂ, ਡੀਜ਼ਲ ਵੀ ਦੇ ਰਹੀ ਹੈ, ਸਰਕਾਰ ਪੂਰੀ ਨਾਲ ਖੜੀ ਹੈ, ਪੂਰੀ ਡੀਜ਼ਲ ਵੀ ਦੇ ਜਾਂਦੇ। ਸਾਡੇ ਹਲਕੇ ਦੇ ਵਿਧਾਇਕ ਜਿੰਨੇ ਵੀ ਹੈ ਇੱਕ ਦਿਨ ਛੱਡ ਕੇ ਇੱਥੇ ਰਾਊਂਡ ਲਗਾ ਰਹੇ ਹੈ ਹਰੇਕ ਪਿੰਡ ਦੇ ਵਿੱਚ, ਜੋ ਵੀ ਸਮੱਸਿਆ ਹੁੰਦਾ ਦਾ ਮੌਕੇ ਤੇ ਹੱਲ ਕਰਨ ਦਾ ਦੌਰਾ ਚੌਧਰੀ ਰਣਜੀਤ ਸਿੰਘ ਦਾ ਅੱਜ ਫਿਰ ਹੁਣੇ ਆਉਣ ਵਾਲੇ ਉਹਨਾਂ ਵਾਸਤੇ। ਅੱਛਾ, ਹੁਣ ਇੱਥੇ ਪਹੁੰਚਣਗੇ ਉਹ?
ਤੁਹਾਡੀ ਕੋਈ ਮੰਗ ਹੋਵੇ ਸਰਕਾਰ ਨੂੰ ਲੈ ਕੇ? ਮੰਗ ਤਾਂ ਸਭ ਤੋਂ ਵੱਡੀ ਇਹੀ ਹੈ ਜੀ, ਸਾਡੇ ਪਿੰਡ ਦੇ ਪੱਛਮ ਸਾਈਡ ਖੈਰੇਕਾ ਤੋਂ ਲੈ ਕੇ ਮੱਲੇ ਵਾਲਾ ਤੱਕ ਮੇਨ ਬੰਨ ਬਣਿਆ ਹੋਇਆ ਸਰਕਾਰੀ ਬੰਨ, ਇਹ ਇੱਥੋਂ ਲੈ ਕੇ ਰੰਗਾ ਪੰਜਾਬ ਬਾਰਡਰ ਤੱਕ ਦੋਨਾਂ ਘੱਗਰ ਦੇ ਦੋਨਾਂ ਸਾਈਡਾਂ ਹੀ ਮੱਲਾ ਬਾਂਧ ਬਣਾਇਆ ਜਾਵੇ, ਤਾਂ ਕਿ ਅੱਜ ਜਿਹੜੀ ਨੌਬਤ ਦੇਖ ਰਹੇ ਹਾਂ ਅਗਾਂਹ ਵਾਸਤੇ ਸਾਨੂੰ ਮੁਸੀਬਤ ਖੜੀ ਨਾ ਹੋ, ਨਾ ਹੀ ਸਰਕਾਰ ਨੂੰ ਦੇਖਣਾ। ਹੁਣ ਜਿਵੇਂ ਦੇਖਿਆ ਵੀ ਜਿਹੜੇ ਘਰ ਪਾਣੀ ਦੇ ਵਿੱਚ ਡੁੱਬ ਚੁੱਕੇ ਆ, ਫਸਲਾਂ ਡੁੱਬ ਚੁੱਕੀਆਂ ਨੇ, ਉਹਨਾਂ ਨੂੰ ਲੈ ਕੇ ਕੋਈ ਮੰਗ ਹੈ ਤੁਹਾਡੀ? ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਏ ਜੀ, ਜੋ ਜਾਇਜ਼ ਬਣਦਾ ਮੁਆਵਜ਼ਾ ਦਿੱਤਾ ਜਾਵੇ ਉਹਨਾਂ ਨੂੰ। ਜ਼ਿਮੀਦਾਰ ਤਾਂ ਇਕੱਲਾ ਫਸਲ 'ਤੇ ਡਿਪੈਂਡ ਹੈ, ਹੋਰ ਤਾਂ ਕੋਈ ਸਾਧਨ ਨਹੀਂ, ਉਹਨੇ ਵੀ ਬੱਚੇ ਪਾਲਣੇ ਆ, ਪੜ੍ਹਾਉਣੇ ਵੀ ਹੈ, ਸਭ ਕੁਛ ਹੈ, ਘਰ ਦਾ ਵੀ ਕਾਰੋਬਾਰ ਚਲਾਉਣਾ। ਹੁਣ ਇੱਕ ਗੱਲ ਹੋਰ ਦੇਖੀਏ ਵੀ ਪੰਜਾਬ ਦੇ ਵਿੱਚ ਜਿਹੜਾ ਮਸਲਾ ਉੱਠਿਆ ਵੀ ਹਰਿਆਣਾ ਸਾਡੇ ਨਾਲ ਨਹੀਂ ਖੜਾ, ਪਰ ਆਪਾਂ ਦੇਖ ਰਹੇ ਹਾਂ ਆਪਾਂ ਹਰਿਆਣੇ ਦੇ ਪਿੰਡਾਂ ਦੇ ਵਿੱਚ ਹਾਂ, ਸਰਸੇ ਦੇ ਹਰ ਪਿੰਡ ਨੂੰ ਇਸ ਟਾਈਮ ਖਤਰਾ, ਕਿਉਂਕਿ ਜਿਹੜਾ ਸਰਸੇ ਦੇ ਵਿੱਚ ਨਦੀ ਗੁਜ਼ਰਦੀ ਆ ਤਾਂ ਉਹ ਲਗਾਤਾਰ ਆਪ ਜਿਹੜੇ ਪਿੰਡਾਂ ਦੇ ਵਿੱਚ ਜਾ ਰਹੀ ਹੈ ਅਤੇ ਬੰਨੇ ਬੁੰਨੇ ਸਭ ਤੋੜ ਰਹੀ ਆ, ਅਤੇ ਪੰਜਾਬ ਕਹਿ ਰਿਹਾ ਵੀ ਪੰਜਾਬ ਦਾ ਕੁਛ ਮੀਡੀਆ ਜਿਹੜਾ ਪ੍ਰਚਾਰ ਕਰ ਰਿਹਾ, ਬਲੋਗਰ ਨੇ ਉੱਥੋਂ ਦੇ, ਉਹ ਕਹਿ ਰਹੇ ਜੀ ਹਰਿਆਣਾ ਸਾਡੇ ਨਾਲ ਨਹੀਂ ਖੜਾ, ਉਸ 'ਤੇ ਤੁਹਾਡਾ ਕੀ ਕਹਿਣਾ ਜੀ? ਦੇਖੋ ਜੀ, ਪਾਣੀ ਦਾ ਤਾਂ ਇਹ ਹੈ ਜਿੱਧਰ ਨੂੰ ਵੀ ਪ੍ਰਭਾਵ ਹੋ ਸਕਦਾ, ਦਰਿਆ ਦਾ ਕੋਈ ਪਤਾ ਨਹੀਂ ਕਿਸੇ ਪਾਸੇ ਨੀਵੇਂ ਪਾਸੇ ਹੀ ਇਹ ਮਤਲਬ ਆਪ ਦਾ ਮੁਹਾੜ ਕਰ ਸਕਦਾ, ਪਰ ਉਹਦੇ ਵਿੱਚ ਇਹ ਹੈ ਪੰਜਾਬ ਵੀ ਸਾਡੀ ਸਾਡੀ ਰਿਸ਼ਤੇਦਾਰੀ ਹੈ, ਸਾਡੇ ਭੈਣ ਭਾਈ ਨੇ, ਅਸੀਂ ਤਾਂ ਕਹਿੰਦੇ ਸਾਡੇ ਉੱਤੇ ਸਾਡੇ ਕੋਲ ਉੱਤੇ ਇਹ ਮੁਸੀਬਤ ਨਾ ਆਉਂਦੀ, ਉੱਥੇ ਭਾਵੇਂ ਸਾਨੂੰ ਰਾਤ ਦਿਨ ਰਹਿਣਾ ਪੈਂਦਾ, ਅਸੀਂ ਸਾਰੇ ਪੰਜਾਬ ਦੀ ਮਦਦ ਕਰ ਤਨ ਮਨ ਤਨ ਨਾਲ ਜਾਂਦੇ। ਤੁਹਾਡਾ ਕੀ ਕਹਿਣਾ? ਭਰਾਵਾਂ ਨਾਲ ਭਰਾਵਾਂ ਦੇ ਭਰਾ ਹੀ ਹੁੰਦੇ ਆ, ਭਰਾ ਕਦੇ ਵੱਖ ਨਹੀਂ ਹੁੰਦੇ। ਪਾਣੀ ਚਲੋ ਠੀਕ ਹੈ, ਕੁਦਰਤੀ ਮਾਰ ਰਹੇ ਸਾਰੇ ਚਲੇ ਜਾਂਦੇ, ਪੰਜਾਬ ਚਲੀ ਜਾਂਦਾ, ਨਾਲ ਨਾਲ ਹਰਿਆਣਾ ਵੀ ਚਲੇ। ਆਪਣੇ ਤੁਸੀਂ ਇਸੇ ਪਿੰਡ ਦੇ ਵਸਨੀਕ ਹੋ, ਅਤੇ ਹੁਣ ਮੈਨੂੰ ਐਵੇਂ ਦੱਸੋ ਜੀ ਇਸ ਪਿੰਡ ਦਾ ਜਿਹੜਾ ਸਮਾਨ ਆ ਜਾਂ ਮੰਨ ਲਓ ਕਿੰਨਾ ਕੁ ਖਤਰੇ ਦੇ ਵਿੱਚ ਇਹ ਪਿੰਡ ਬਣ, ਹਰਿਖ ਥਾਂ ਪੱਕਾ ਪੂਰਾ ਮਜ਼ਬੂਤ? ਨਹੀਂ ਨਹੀਂ ਜੀ, ਬਿਲਕੁਲ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੀ ਚੱਲ ਰਿਹਾ ਸਾਰਾ ਨਗਰ, ਇੱਥੇ ਤਨ ਮਨ ਧਨ ਨਾਲ ਲੱਗਿਆ ਹੋਇਆ, ਪ੍ਰਸ਼ਾਸਨ ਪੂਰੀ ਹੈਲਪ ਕਰ ਰਿਹਾ, ਪੂਰੀਆਂ JCBਆਂ ਗੱਟੇ, ਆਮ ਜਨਤਾ, ਅੱਗਲੇ ਪਿੰਡੋਂ ਤੋਂ ਵੀ ਜਨਤਾ ਜਨਾਰਦਨ ਜੋ ਇੱਥੇ ਆਈ ਹੋਈ ਹੈ ਅਤੇ ਪੂਰਾ ਸਹਿਯੋਗ ਕਰ ਰਹੀ ਹੈ। ਕੋਈ ਸੁਨੇਹਾ ਜੀ ਜਿਹੜੇ ਇਸ ਟਾਈਮ ਪਿੰਡ ਆ ਜਿਹੜੇ ਮੁਸੀਬਤ ਦੀ ਥੇ 'ਤੇ ਖੜੇ ਨੇ, ਹੈ ਨਾ, ਪਾਣੀ ਦੇ ਉੱਤੇ ਖੜੇ ਨੇ, ਦਿਨ ਰਾਤ ਇੱਕ ਹੋਇਆ ਪਿਆ, ਸੌ ਨਹੀਂ ਰਹੇ, ਰਾਤਾਂ ਨੂੰ ਨਿਗਾਹ ਰੱਖ ਰਹੇ ਨੇ ਵੀ ਪਾਣੀ ਇੱਥੋਂ ਨਾ ਟੁੱਟ ਜਾਏ, ਇੱਥੋਂ ਨਾ ਟੁੱਟ ਜਾਏ, ਉਹਨਾਂ ਲਈ ਕੋਈ ਨਸੀਹਤ ਦੇਣਾ ਚਾਹੋਗੇ? ਬਸ ਉਹਨਾਂ ਨੂੰ ਇੱਕ ਦਿਲ ਦੀਆਂ ਗਹਿਰਾਈਆਂ ਤੋਂ ਇਹੀ ਕਹਿ ਸਕਦੇ ਹਾਂ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਦਿਨੇ ਰਾਤ ਲੱਗੇ ਹੋਏ ਆ ਅਤੇ ਸੰਘਰਸ਼ ਕਰਨ, ਅਤੇ ਆਪਾਂ ਮਿਲ ਕੇ ਚੱਲਣ, ਕੋਈ ਪਿੰਡ 'ਚ ਤਣਾਅਪੂਰਨ ਸਥਿਤੀ ਨਾ ਬਣਾਉਣ, ਆਪਸੇ ਤਾਲਮੇਲ ਬਣਾ ਕੇ ਚੱਲਣ, ਅਤੇ ਇਹ ਆਪਾਂ ਜੋ ਚੱਲ ਰਿਹਾ ਸਿਸਟਮ ਇਹਦੇ 'ਤੇ ਆਪਾਂ ਪੂਰੇ ਖਰੇ ਉਤਰੀਏ 100%। ਜਿੱਥੇ ਕਿ ਘੱਗਰ ਨਦੀ ਦਾ ਕਹਿਰ ਆ ਜਿਹੜਾ ਉਹ ਬਹੁਤ ਜ਼ੋਰਾਂ ਸ਼ੋਰਾਂ 'ਤੇ ਆ, ਲਗਭਗ ਦੋ ਪਿੰਡਾਂ ਦਾ ਕਨੈਕਸ਼ਨ ਆ ਜਿਹੜਾ ਘੱਗਰ ਨਦੀ ਨੇ ਤੋੜ ਦਿੱਤਾ, ਅਤੇ ਆਪ ਜਿਹੜੇ ਬੰਨ ਆ ਉਹ ਸਾਰੇ ਖਿਲਾਰ ਦੀ ਜਾਂਦੀ ਆ, 400-500 ਏਕੜ ਦਾ ਨੁਕਸਾਨ ਆ ਜਿਹੜਾ ਫਸਲਾਂ ਦਾ ਵੀ ਹੋ ਚੁੱਕਿਆ ਇਸ ਪਿੰਡ ਦਾ, ਪਰ ਪੂਰੇ ਹਰਿਆਣੇ ਦੇ ਵਿੱਚ ਜਿੱਥੋਂ ਦੀ ਘੱਗਰ ਜਾ ਰਹੀ ਆ ਆਪਦਾ ਜਾਲ ਲੰਮਾ ਵਿਛਾ ਰਹੀ ਆ, ਲਗਾਤਾਰ ਨੁਕਸਾਨ ਕਰ ਰਹੀ ਆ, ਕੀ ਨੇ ਹਾਲਾਤ ਇਸ ਪਿੰਡ ਦੇ ਜਾਣਾਂਗੇ? ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਦੀਪ ਸਿੰਘ, ਪਿੰਡ ਮੱਲੇਵਾਲਾ ਜੀ। ਹਾਲਾਤ ਇਸ ਤਰ੍ਹਾਂ, ਫਸਟ ਟਾਈਮ ਜਦੋਂ ਪਾਣੀ ਅਜੇ ਡਾਊਨ ਲੈਵਲ 'ਤੇ ਸੀਗਾ, ਡੀ ਸੀ ਸਾਹਿਬ ਆਏ, ਡੀ ਸੀ ਸਾਹਿਬ ਜਿਹੜੇ ਆ ਉਹ ਪਰਲੇ ਬੰਨ 'ਤੇ, ਉੱਧਰ ਸਰਸਾ ਹੈ ਨਾਲ ਹੀ, ਸਰਸਾ 'ਚੋਂ 9 ਕਿਲੋਮੀਟਰ ਦੂਰ ਹੈ ਸਰਸਾ ਜੀ, ਔਰ ਡੀ ਸੀ ਸਾਹਿਬ ਪਰਲੀ ਸਾਈਡ ਏਅਰਫੋਰਸ ਆ ਗਈ, ਉੱਧਰ ਡੀ ਸੀ ਸਾਹਿਬ ਉਹਦਾ ਜਾਇਜ਼ਾ ਲੈਣ ਵਾਸਤੇ ਆਏ ਵੀ ਕਿਸ ਤਰ੍ਹਾਂ ਦੀ ਕੰਡੀਸ਼ਨ ਹੈ ਬੰਨ ਦੀ। ਮੈਂ ਕੁਦਰਤੀ, ਮੈਨੂੰ ਪਤਾ ਲੱਗਿਆ ਵੀ ਡੀ ਸੀ ਸਾਹਿਬ ਆ ਰਹੇ ਨੇ, ਮੈਂ ਡੀ ਸੀ ਸਾਹਿਬ ਕੋਲ ਆਇਆ ਵੀ ਇਸ ਤਰ੍ਹਾਂ ਜੀ, ਡੀ ਸੀ ਸਾਹਿਬ ਨੂੰ ਕਿਹਾ ਮੇਰੇ ਪਿੰਡ ਦਾ ਵੀ ਜਾਇਜ਼ਾ ਲਿੱਤਾ ਜਾਵੇ, ਜੋ ਕਿ ਆ ਨਾਲ ਇਰੀਗੇਸ਼ਨ ਡਿਪਾਰਟਮੈਂਟ ਦਾ ਬੰਨ ਜਿਹੜਾ ਹੈਗਾ 90 ਫੁੱਟ ਚੌੜਾ ਥੱਲਿਓਂ ਔਰ 25 ਫੁੱਟ ਚੌੜਾ ਉੱਪਰੋਂ, ਉਹ ਕਹਿੰਦੇ ਵੀ ਤੁਹਾਡੇ ਬੰਨ ਤਾਂ ਹੈ, ਇਰੀਗੇਸ਼ਨ ਜਿਹੜਾ ਹੈ ਬੰਨ ਬਹੁਤ ਵੱਡਾ ਹੈਗਾ, ਪਰ ਮੈਂ ਇਹਨਾਂ ਨੂੰ ਇੱਥੇ ਲਿਆ ਕੇ ਉਹਦੇ 'ਤੇ ਡੀ ਸੀ ਸਾਹਿਬ ਆਏ, ਉਹਨਾਂ ਦੇ ਨੌਲੇਜ 'ਚ ਲੈ ਕੇ ਆਉਂਦਾ ਵੀ ਇਹ ਬੰਨ ਜਿਹੜਾ ਹੈ ਇੱਕ ਓਨਲੀ ਇਰੀਗੇਸ਼ਨ ਓਨਲੀ ਮੱਲਿਆਂ ਵਾਲਾ ਇੱਕ ਕਾਰਨਰ 'ਤੇ, ਇਸ ਤੋਂ ਅੱਗੇ ਰੰਗਾ, ਬੁੱਢਾ ਪਾਣਾ, ਕਰਾੜਕੋਟ, ਨਾਗੋ ਕੀ, ਰੰਗਾ, ਮੱਤੜ, ਲਹਿੰਗੇ ਵਾਲਾ ਜਿਹੜਾ ਕਿ ਸਰਦੂਲਗੜ੍ਹ ਨਾਲ ਅਟੈਚ, ਪੰਜਾਬ ਨਾਲ ਅਟੈਚ ਹੋ ਜਾਂਦਾ, ਉਹ ਦੱਸਿਆ ਉਹਨਾਂ ਨੂੰ, ਮੈਂ ਕਿਹਾ ਇਹ ਇੱਥੇ ਕੋਈ ਬੰਨ ਨਹੀਂ ਹੈਗਾ, ਇਹ ਪਰਮਾਨੈਂਟ ਬੰਨ ਹੈ, ਬੰਨ ਹੈ ਲੇਕਿਨ ਅੱਗੇ ਬੰਨ ਨਹੀਂ ਹੈਗਾ। ਫਿਰ ਉਹਨਾਂ ਨੇ ਕਹਿੰਦੇ ਕੀ ਗੱਲ ਹੈ, ਮੈਂ ਕਿਹਾ ਆਹ ਬੰਨ ਸਾਡਾ ਜਿਹੜਾ ਫਸਟ ਪੁਆਇੰਟ ਵੀ ਇਹ ਅਗਰ ਟੁੱਟਦਾ ਹੈ ਤਾਂ ਸਾਨੂੰ ਕੋਈ ਅੱਗੇ ਇਹਦੇ 'ਤੇ ਕੋਈ ਰਾਹਤ ਨਹੀਂ, ਅੱਗੇ ਕੋਈ ਬੰਨ ਨਹੀਂ ਹੈਗਾ, ਜਿਹੜਾ ਘੱਗਰ ਨਦੀ ਦੇ ਉੱਤੇ ਇਹ ਲੋਕਾਂ ਨੇ ਬੰਨ ਬੰਨਿਆ ਹੋਇਆ ਆਪਦੇ ਖੇਤਾਂ ਦੇ ਵਿੱਚ, ਅਗਰ ਜੇ ਇਹ ਬੰਨ ਟੁੱਟਦਾ ਤਾਂ ਸਾਡਾ ਪਿੰਡ ਨੂੰ ਅਟੈਚ ਹੋਣ ਦੀ ਪਿੰਡ ਸਾਡਾ ਚਮਚ ਵੀ ਨਹੀਂ ਚੱਕ ਕੱਢ ਸਕਦਾ। ਅੱਛਾ ਜੀ, ਹਾਂਜੀ, ਤੇ ਹੁਣ ਕਿੰਨੀ ਕੁ ਸਖਤਾਈ ਇਸ ਬੰਨ ਦੇ ਉੱਤੇ, ਜਿਹੜੇ ਮੈਂ ਦੇਖਿਆ ਵੀ ਟਰੈਕਟਰ ਵੀ ਲਗਾਤਾਰ ਜਾ ਰਹੇ ਨੇ, ਪਿੰਡ ਪੂਰਾ ਆਪਦਾ ਜ਼ੋਰ ਲਾ ਰਿਹਾ ਹੈ ਨਾ, ਅਤੇ ਨਾਲ ਦੇ ਪਿੰਡ ਵੀ ਪੂਰਾ ਸਹਿਯੋਗ ਕਰ ਰਹੇ ਨੇ,
ਹੁਣ ਕਿੰਨੇ ਲੱਗਦੇ ਕਿੰਨੀ ਕੁ ਸੰਭਾਵਨਾ ਹੈਗੀ ਟੁੱਟਣ ਦੀ ਜਾਂ ਨਹੀਂ ਟੁੱਟਣ ਦੀ, ਕਿੰਨਾ ਕੁ ਸੇਫ ਜ਼ੋਨ ਆ ਇਹ ਪਿੰਡ 'ਚ ਹੁਣ? ਰਾਤ ਇੱਥੋਂ ਜਿਹੜਾ ਹੈ ਆਹ ਪੁਆਇੰਟ ਜਿਹੜਾ ਹੈ ਇੱਥੋਂ ਰਾਤ ਤਕਰੀਬਨ ਕੋਈ 12 ਵਜੇ ਇੱਥੋਂ ਇੱਕ ਬਹੁਤ ਵੱਡੀ ਖੱਡ ਪੈ ਗਈ ਸੀਗੀ। ਅੱਛਾ ਜੀ, ਖੱਡ ਪੈ ਪਿੰਡ ਨੂੰ? ਹਾਂਜੀ ਹਾਂਜੀ ਹਾਂਜੀ, ਠੀਕ ਹੈ ਜੀ। ਔਰ ਅੱਗੇ ਬੰਨ ਇੱਥੇ ਨਾਲ ਹੈ ਥੋੜਾ ਜਿਹਾ, ਉਹ ਖੇਤ ਦੇ ਜਿਹੜੇ ਮਾਲਕ ਸੀ ਉਹ ਖੇਤ ਛੱਡ ਕੇ ਆਪਦੇ ਘਰ ਨਿਜੜਦਾ ਚਲੇ ਗਏ, ਕਿਉਂਕਿ ਉਹ ਰੋਟੀ ਖਾਣ ਪਾਣ ਦਾ ਜਿਹੜਾ ਹੈ ਉਹ ਸਿਸਟਮ, ਉਹਨਾਂ ਨਹਾਉਣ ਧੋਣ ਦਾ ਪ੍ਰੋਗਰਾਮ ਉਹ ਨਿਜੜਦਾ ਸੀਗਾ। ਅੱਛਾ ਜੀ। ਉਹ ਇੱਕ ਗਰੀਬ ਘਰ ਇਸ ਨੂੰ ਛੱਡ ਕੇ ਪੁਆਇੰਟ ਨੂੰ ਖਾਲੀ ਚਲਾ ਗਿਆ ਜੀ। ਜਦੋਂ ਦੇਖਿਆ ਮੇਰੇ ਕੋਲ ਗੱਲ ਆਈ ਵੀ ਇਸ ਤਰ੍ਹਾਂ ਕਰਕੇ ਇਸ ਨੂੰ ਖਾਲੀ ਛੱਡ ਕੇ ਚਲੇ ਗਏ ਤੇ ਔਰ ਬੰਨ ਦੇ ਉੱਤੋਂ ਦੀ ਪਾਣੀ ਕ੍ਰੋਸ ਕਰਨ ਵਾਲਾ ਹੈ। ਅੱਛਾ ਜੀ। ਮੈਂ ਆਇਆ ਇਮੀਡੀਏਟਲੀ ਆ ਕੇ ਮੈਂ ਉਹਨਾਂ ਨੂੰ ਫੋਨ ਕੀਤਾ ਵੀ ਕੀ ਗੱਲ। ਉਹ ਕਹਿੰਦੇ ਚਾਚਾ ਜੀ ਤੁਸੀਂ ਜੇ ਹੈ ਤੁਹਾਡੀ ਮਤਲਬ ਮਿੱਟੀ ਪਾਉਣੀ ਅਸੀਂ ਨਾਲ ਸੀ ਮਿੱਟੀ ਰੱਖਿਆ ਇਹਦੀ ਮਿੱਟੀ ਪਾ ਦਿਓ। ਮੈਂ ਫੋਨ ਕੀਤਾ, ਸਰਬਜੀਤ ਸਿੰਘ ਹੈ ਬੇਟਾ ਸਾਡਾ, ਉਹਨਾਂ ਨੂੰ ਫੋਨ ਕੀਤਾ ਬੇਟੇ ਮੈਂ ਇਸ ਤਰ੍ਹਾਂ ਕਰਕੇ ਇਹ ਬੰਨ ਟੁੱਟਣ ਵਾਲਾ ਹੈ ਵੀ ਤੁਸੀਂ ਕਿਉਂ ਇਸ ਤਰ੍ਹਾਂ ਕਰੋ। ਉਹ ਕਹਿੰਦੇ ਚਾਚਾ ਜੀ ਤੁਸੀਂ ਇੱਥੇ ਮਿੱਟੀ ਪਾ ਲਓ ਵੀ ਆਪਾਂ ਇਹਨੂੰ ਸੇਫ ਰੱਖੋ ਜੀ। ਉੱਥੇ ਮਿੱਟੀ ਪਵਾਈ, ਮਿੱਟੀ ਪਵਾ ਕੇ ਮੈਂ ਅਗਲੇ ਪੁਆਇੰਟ ਤੇ ਗਿਆ। ਜਦੋਂ ਮੇਰੇ ਕੋਲ ਫੋਨ ਆਇਆ ਕਿ ਚਾਚਾ ਜੀ ਕਿੱਥੇ ਹੋ, ਮਗਾ ਮੈਂ ਇਸ ਸਾਈਡ ਬੈਠਾ ਬੰਨ ਦੀ ਰਖਵਾਲੀ ਵਾਸਤੇ। ਉਹ ਕਹਿੰਦੇ ਜੀ ਜੇ ਬੀ ਸੀ ਭੇਜੋ ਖੱਡ ਪੈ ਗਈ ਜੀ। ਉੱਥੋਂ ਤੁਰੰਤ JVC ਭੇਜੀ, JVC ਭੇਜ ਕੇ ਖੱਡ ਬੰਦ ਕੀਤੀ ਜੀ। ਔਰ ਫਿਰ ਕਹਿੰਦੇ ਮਿੱਟੀ ਚਾਹੀਦੀ, 2 ਟਰਾਲੇ ਅਸੀਂ ਮਿੱਟੀ ਸੇਫਟੀ ਵਾਸਤੇ 2 ਟਰਾਲੇ ਮਿੱਟੀ ਦੇ ਭਰ ਕੇ ਰੱਖੇ ਹੋਏ ਸੀਗੇ, ਤੁਰੰਤ ਉਸ ਮਿੱਟੀ ਨੂੰ ਅਸੀਂ ਇੱਥੇ ਯੂਜ਼ ਕੀਤਾ। ਕਿੰਨੇ ਦਿਨਾਂ ਤੋਂ ਲਗਾਤਾਰ ਮਿੱਟੀ ਜਿਹੜੀ ਸਿੱਟੀ ਜਾ ਰਹੀ ਹੈ ਬੰਨ ਦੇ ਉੱਤੇ? ਅੱਜ ਕੋਈ 5-6 ਦਿਨ ਰੈਗੂਲਰ ਹੋ ਗਏ। ਅੱਛਾ ਜੀ। ਤੇ ਜਿਹੜੇ ਸਾਨੂੰ ਸੌਣ ਦੇ ਜਦੋਂ ਕੋਈ ਸਪੀਕਰ ਦੀ ਆਵਾਜ਼ ਆਉਂਦੀ ਹੈ ਤਾਂ ਸਾਡੇ ਪਰਿਵਾਰ ਜਿਹੜੇ ਹੈ ਛੱਤ ਦੇ ਚੜ ਖੜੇ ਹੋ ਜਾਂਦੇ ਨੇ ਵੀ ਨਾਲੀ ਦਾ ਬੰਨ ਟੁੱਟ ਗਿਆ। ਮਤਲਬ ਤੁਸੀਂ ਕਈ ਰਾਤ ਤੋਂ ਸੁੱਤੇ ਵੀ ਨਹੀਂ ਹੈਗੇ ਕਹਿ ਸਕਦੇ ਆ? ਕਈ ਰਾਤ ਹੋ ਗਈ, ਕਈ ਵਾਰ ਤਾਂ ਆਉਂਦਾ ਵੀ ਨਹੀਂ ਸਾਨੂੰ ਮਤਲਬ ਮਿਲਦਾ ਸੁੱਧ ਮਿਲਦੀ। ਕਈ ਰਾਤਾਂ ਤਾਂ ਰਾਤ ਤਾਂ ਬੈਠੇ ਨੂੰ ਕਦੇ ਮੋਟਰਸਾਈਕਲ ਦੇ ਉੱਤੇ ਵੀ ਨੀਂਦ ਆ ਜਾਂਦੀ ਸੀ, ਇੰਨੀ ਬੁਰੀ ਹਾਲ ਸੀ। ਕੱਲ ਕੁਛ ਰਾਹਤ ਦੇ ਅਹਿਸਾਸ ਮਿਲੇ ਕਿ ਬੰਨ ਟੁੱਟਣ ਨਾਲ। ਇੱਕ ਨਾ ਜੀ ਆਪਣੇ ਸੋਸ਼ਲ ਮੀਡੀਆ ਤੇ ਖਬਰ ਉੱਡੀ ਪਈ ਹੈ ਜੀ, ਹਰਿਆਣਾ ਸਾਡੇ ਨਾਲ ਨਹੀਂ ਖੜਾ, ਪੰਜਾਬ ਵਾਲੇ ਖਾਸ ਕਰਕੇ ਜਿਹੜੇ ਬਲੌਗਰ ਨੇ ਉਹ ਕਹਿੰਦੇ ਵੀ ਹਰਿਆਣਾ ਸਾਡੇ ਨਾਲ ਨਹੀਂ ਖੜਾ, ਪਰ ਮੈਂ ਉਹਨਾਂ ਨੂੰ ਦਿਖਾਉਣਾ ਚਾਹੁੰਦਾ ਵੀ ਹਰਿਆਣੇ ਦੇ ਹੀ ਪਿੰਡ ਨੇ ਜਿਹੜੇ ਜੂਝ ਰਹੇ ਨੇ ਹਨਾ ਪਾਣੀ ਦੇ ਨਾਲ, ਤੇ ਇਹ ਹਰਿਆਣਾ ਮਦਦ ਕਿੱਥੋਂ ਕਰਦੇ? ਹਰਿਆਣਾ ਤਾਂ ਖੁਦ ਆ ਜਿਹੜਾ ਵਿਚਾਰਾ ਪਾਣੀ ਦੀ ਚਪੇਟ ਨੂੰ ਝੱਲ ਰਿਹਾ ਹਨਾ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਰਿਆਣਾ ਔਰ ਪੰਜਾਬ ਜੀ ਇਹ ਸੰਘਰਸ਼ ਲੜੇ ਨੇ, ਸੰਘਰਸ਼ ਲੜੇ ਜੀ, ਇਹ ਸੰਘਰਸ਼ਸ਼ੀਲ ਹੈ। ਇਹਨਾਂ ਦਾ ਸੰਘਰਸ਼ ਜਿਹੜਾ ਅੱਜ ਆਲ ਇੰਡੀਆ ਆਲ ਵਰਲਡ ਦੇ ਵਿੱਚ ਚਮਕਿਆ, ਹਰਿਆਣਾ ਔਰ ਪੰਜਾਬ ਦੋਨੋਂ ਭਾਈ ਜਦੋਂ ਸੰਘਰਸ਼ ਚੱਲਿਆ, ਇਹਨਾਂ ਨੂੰ ਟਪਾਉਣ ਵਾਲੇ ਅਸੀਂ ਸਾਡੇ ਮੋਢੇ ਸੀ, ਸਾਡੇ ਮੋਢਿਆਂ ਦੇ ਉੱਤੇ ਚੱਕ ਕੇ ਅਸੀਂ ਇਹਨਾਂ ਨੂੰ ਹਰਿਆਣੇ ਪੰਜਾਬ ਨੂੰ ਟਪਾਇਆ। ਬਿਲਕੁਲ ਸੰਘਰਸ਼ਸ਼ੀਲ ਬੰਦੇ ਸੀਗੇ, ਇਹਨਾਂ ਨੇ ਸੰਘਰਸ਼ ਕਰਨਾ ਇਹਨੂੰ ਆਉਂਦਾ ਸੀਗਾ, ਕਿਉਂ ਸਾਨੂੰ ਪਤਾ ਸੀ। ਅਸੀਂ ਜਦੋਂ ਅਸੀਂ ਧਰਨੇ ਤੇ ਬੈਠੇ ਸੀ ਇਹਨਾਂ ਨੂੰ ਅਨਾਊਂਸ ਕੀਤਾ ਵੀ ਆਪਣੇ ਭਰਾ ਵੱਡਾ ਭਰਾ ਪੰਜਾਬ ਆਪਣਾ ਹਰਿਆਣੇ ਦੇ ਵਿੱਚ ਬਾਰਡਰ ਦਿੱਲੀ ਦੇ ਉੱਤੇ ਆ ਰਿਹਾ ਵੀ ਆਪਾਂ ਇੱਕ ਇੱਕ ਜਣੇ ਨੇ ਇਹਨਾਂ ਦੀ ਮਦਦ ਕਰਨੀ ਹੈ। ਇਹ ਬੈਰੀਗੇਟਾਂ ਦੇ ਉੱਤੇ ਜਾਂ ਕਿਤੇ ਨਾਲੀ ਨਦੀਆਂ ਦੇ ਉੱਤੇ ਜਿਹੜੇ ਬੈਰੀਗੇਟ ਲੱਗੇ ਆ ਉਹਨਾਂ ਨੂੰ ਪਾਸੇ ਹਟਾ ਕੇ ਇਹਨਾਂ ਨੂੰ ਟਪਾਉਣ ਦੀ ਕੋਸ਼ਿਸ਼ ਕਰਨੀ ਹੈ। ਸਾਡਾ ਜਿਹੜਾ ਪੰਜਾਬ ਇਹ ਸਾਡਾ ਵੱਡਾ ਭਰਾ ਹੈ। ਅੱਜ ਅਸੀਂ ਇਹ ਦੁੱਖ ਤਕਲੀਫ ਵਿੱਚ ਅਸੀਂ ਆਪ ਹਾਜ਼ਰ ਨਹੀਂ ਹੋ ਸਕੇ, ਕਿਉਂਕਿ ਸਾਡਾ ਅੱਜ ਹਰਿਆਣੇ ਦੇ ਵਿੱਚ ਬਹੁਤ ਵੱਡਾ ਇੱਕ ਫਲੱਡ ਜਿਹੜਾ ਹੈ ਇਹ ਪੰਜਾਬ ਨੂੰ ਕ੍ਰੋਸ ਕਰਦਾ ਹੋਇਆ ਹਰਿਆਣੇ ਵਿੱਚ ਆਇਆ ਤੇ ਇਹ ਬਹੁਤ ਵੱਡਾ ਕਹਿਰ ਹੈ। ਤੇ ਇਸ ਕਰਕੇ ਅਸੀਂ ਪੰਜਾਬ ਨਾਲ ਸਾਡਾ ਮੋਢੇ ਨਾਲ ਮੋਢਾ ਮਿਲ ਕੇ ਖੜੇ ਹਾਂ, ਕਿਉਂਕਿ ਉਹਨਾਂ ਦਾ ਮਕਸਦ ਜਿਹੜਾ ਹੁਣ ਪੋਲਿਟਿਕਸ ਦੇ ਕਹੀਏ ਰਾਜਨੀਤੀ ਦਾ ਮਕਸਦ ਆ ਹਰਿਆਣਾ ਪੰਜਾਬ ਨੂੰ ਆਪਸ ਦੇ ਵਿੱਚੋਂ ਤੋੜਨਾ। ਹਾਂਜੀ ਹਨਾ, ਤਾਂ ਆਪਾਂ ਇਹ ਸੁਨੇਹਾ ਵੀ ਦੇਣਾ ਚਾਹਾਂਗੇ ਵੀ ਹਰਿਆਣਾ ਪੰਜਾਬ ਆਪਸ ਦੇ ਵਿੱਚ ਜਿਹੜੀ ਏਕਤਾ ਵੀ ਬਣਾ ਕੇ ਰੱਖਣ, ਕਿਉਂਕਿ ਪੰਜਾਬ 'ਚ ਹਰਿਆਣੇ ਦੀਆਂ ਜਿਹੜੀਆਂ ਰਿਸ਼ਤੇਦਾਰੀ ਨੇ 60-70% ਇੱਕ ਦੂਜੇ ਨਾਲ ਹੈਗੀਆਂ ਨੇ ਤੇ ਉਹਨਾਂ 'ਚੋਂ ਆਪਾਂ ਟੁੱਟੇ ਹੋਏ ਹਾਂ, ਉਹਨਾਂ ਬਿਨਾਂ ਆਪਾਂ ਨਹੀਂ ਰਹਿ ਸਕਦੇ, ਉਹ ਆਪਣੇ ਬਿਨਾਂ ਨਹੀਂ ਰਹਿ ਸਕਦੇ। ਇਸ ਕਰਕੇ ਆਪਣੀ ਬੇਨਤੀ ਵੀ ਇਹੀ ਹੈ ਵੀ ਉਹ ਜਿਹੜਾ ਏਕਤਾ ਨੂੰ ਬਣਾ ਕੇ ਰੱਖਣ। ਅਸੀਂ ਅੱਜ ਜਿਹੜੀ ਹੈ ਰਾਜਨੀਤੀ ਜਿਹੜੀ ਹੈ ਨਾ, ਅਸੀਂ ਰਾਜਨੀਤੀ ਨਹੀਂ ਦੇਖਣੀ। ਰਾਜਨੀਤੀ ਦੇ ਵਿੱਚ ਸਾਡੇ ਕੋਲ ਚੌਧਰੀ ਰਣਜੀਤ ਸਿੰਘ ਸਾਡੇ ਕੋਲ ਆ ਰਿਹਾ, ਚਲੋ ਵਾਰ ਵਾਰ ਕਿਉਂ ਉਹਨਾਂ ਦਾ ਏਰੀਆ ਹੈ, ਰਾਣੀਆਂ ਹਲਕਾ ਦੇ ਵਿਧਾਇਕ ਨੇ ਤੇ ਬਿਜਲੀ ਮੰਤਰੀ ਨੇ, ਉਹਨਾਂ ਦਾ ਫਰਜ਼ ਵੀ ਬਣਦਾ ਹੈ ਕਿਉਂਕਿ ਸਾਡੇ ਪਿੰਡਾਂ ਨੇ ਵੋਟਾਂ ਪਾ ਕੇ ਉਹਨਾਂ ਨੇ ਬਹੁਤ ਵੱਡਾ ਜਿੱਤ ਦਵਾਈ ਹੈ ਤੇ ਉਹਨਾਂ ਦਾ ਹੱਕ ਵੀ ਬਣਦਾ। ਵੈਸੇ ਸਾਡਾ ਅੱਜ ਇਹ ਉਹਦਾ ਹਲਕਾ ਹੋਣ ਤੇ ਇਹਨਾਂ ਦਾ ਆਉਣ ਦਾ ਹੱਕ ਬਣਦਾ ਹੈ, ਔਰ ਸਾਡਾ ਪਤਾ ਸੁਣ ਲੈਣ ਦਾ ਹੱਕ ਬਣਦਾ ਹੈ ਕਿਉਂ ਅੱਗੇ ਇਲੈਕਸ਼ਨ ਵੀ ਆ ਰਿਹਾ। ਅਗਰ ਅੱਜ ਇਹ ਸਾਡਾ ਹਲਕਾ ਨਹੀਂ ਸੁਣ ਲੈਣਗੇ ਤਾਂ ਕੱਲ੍ਹ ਨੂੰ ਇਲੈਕਸ਼ਨ ਦੇ ਵਿੱਚ ਫਿਰ ਉਹਨਾਂ ਮਤਲਬ ਅੱਗੇ ਅਸੀਂ ਕਿਸੇ ਨੂੰ ਪਿੰਡ ਦੇ ਨਹੀਂ ਵੜਦੇ। ਅੱਜ ਜੋ ਆਏਗਾ ਸਾਡਾ ਹਮਦਰਦੀ ਬਣ ਕੇ, ਅਸੀਂ ਤਾਂ ਇੱਕ ਆਵਾਜ਼ ਦੇ ਰਹੇ ਹਾਂ ਵੀ ਅਸੀਂ ਡੁੱਬਦੇ ਹੋਏ ਤਿਣਕੇ ਦੇ ਅਨੁਸਾਰ ਤਿਣਕੇ ਦਾ ਸਹਾਰਾ ਜਿਹੜਾ ਹੈਗਾ ਅਸੀਂ ਮੰਗ ਰਹੇ ਹਾਂ। ਅਸੀਂ ਕਿਸੇ ਕੋਲ ਨੋਟ
ਜਾਂ ਉਹ ਨਹੀਂ ਮੰਗ ਰਹੇ, ਵੋਟ ਨਹੀਂ ਮੰਗ ਰਹੇ ਕਿਸੇ ਕੋਲ, ਨੋਟ ਵੋਟ ਨਹੀਂ ਮੰਗ ਰਹੇ ਅਸੀਂ, ਅਸੀਂ ਇੱਕ ਅਸੀਂ ਮਦਦ ਦੀ ਜ਼ਰੂਰਤ ਹੈ ਸਾਨੂੰ ਵੀ ਸਾਡੇ ਕੋਲ ਟਰੈਕਟਰ ਟਰੋਲੀਆਂ ਅਤੇ ਸਾਨੂੰ ਡੀਜ਼ਲ ਦਾ ਪ੍ਰਬੰਧ ਕਰਕੇ ਦੇਣ, ਸਾਨੂੰ ਮਸ਼ੀਨਰੀ ਦਾ ਪ੍ਰਬੰਧ ਕਰਕੇ ਦੇਣ ਤਾਂ ਕਿ ਅਸੀਂ ਅੱਗੇ ਵਧੀਏ, ਸਾਡੇ ਪਿੰਡ ਬਚਾ ਸਕੀਏ। ਕੋਈ ਸੁਨੇਹਾ ਦੇਣਾ ਚਾਹੋਗੇ? ਸੁਨੇਹਾ ਇਹ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਪੰਜਾਬ 'ਚੋਂ ਆ ਕੇ ਸਾਡੇ ਵਰਗੇ ਨੂੰ ਸਾਨੂੰ ਤੁਸੀਂ ਜਗਾਇਆ ਆ ਕੇ, ਅਤੇ ਪੰਜਾਬ ਦੇ ਨਾਲ ਸਾਨੂੰ ਜੋੜਿਆ, ਸਾਡੇ ਭਰਾਵਾਂ ਨਾਲ ਸੁਨੇਹਾ ਪਹੁੰਚਿਆ ਪੰਜਾਬ ਤੱਕ ਵੀ ਸਾਡਾ ਜਿਹੜਾ ਹਰਿਆਣਾ ਹੈ ਇਹ ਤੁਹਾਡੇ ਨਾਲ ਦਿਨ ਰਾਤ ਸਾਥ ਦੇਊ। ਧੰਨਵਾਦ ਜੀ ਬਹੁਤ। ਇਹ ਸੀ ਸ਼ਬਦ ਚੈਨਲ ਦੇਖ ਰਹੇ ਤੁਸੀਂ ਸਾਰੇ ਸਾਥੀਆਂ ਨੂੰ ਇੱਕ ਮੇਰੀ ਬੇਨਤੀ ਵੀ ਹਰਿਆਣਾ ਪੰਜਾਬ ਦੀ ਜਿਹੜੀ ਏਕਤਾ ਨੂੰ ਨਾ ਤੋੜਿਆ ਜਾਵੇ, ਹਰਿਆਣਾ ਵੀ ਉਸੇ ਪਾਣੀ ਦੇ ਨਾਲ ਜੂਝ ਰਿਹਾ, ਅਤੇ ਜਿਹੜੀ ਆਪਦੀ ਏਕਤਾ ਨੂੰ ਬਣਾ ਕੇ ਰੱਖੋ, ਪੋਲੀਟਿਕਸ ਅਤੇ ਬਲੋਗਰਾਂ ਦੇ ਪਿੱਛੇ ਨਾ ਲੱਗੋ, ਇੱਕ ਦੂਜੇ ਦਾ ਸਾਥ ਬਣਾਈ ਰੱਖੋ, ਅਤੇ ਜਿਹੜਾ ਇਹ ਦੁੱਖ ਦੀ ਘੜੀ ਆ ਇਸ ਦੁੱਖ ਦੀ ਘੜੀ ਦੇ ਵਿੱਚ ਇੱਕ ਦੂਜੇ ਦੇ ਨਾਲ ਖੜੋ। ਬਹੁਤ ਬਹੁਤ ਧੰਨਵਾਦ।